ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਤੁਸੀਂ ਮੇਰੇ ਹੱਥ ਵਿੱਚ ਆ ਹੈਂਡ ਬੈਗ ਦੇਖ ਰਹੇ ਹੋਗੇ, ਠੀਕ ਹੈ। ਇਹ ਇੱਕ MI ਫੋਨ ਦਾ ਹੈਗਾ, ਠੀਕ ਹੈ। ਅਸੀਂ ਇਹ ਫੋਨ ਧੂਰੀ ਤੋਂ ਖਰੀਦਿਆ ਗਿਆ, ਤੁਹਾਨੂੰ ਦੱਸਾਂਗੇ ਕਿੱਥੋਂ ਅਸੀਂ ਇਹ ਫੋਨ ਲੈ ਕੇ ਆਏ ਹਾਂ ਤੇ ਕਿੰਨੇ ਦਾ ਇਹ ਫੋਨ ਆਇਆ ਤੇ ਇਹਦੇ ਵਿੱਚ ਕੀ ਫੀਚਰ ਨੇ। ਤੇ ਹੁਣ ਮੈਂ ਫੋਨ ਨੂੰ ਇਹਦੇ ਵਿੱਚੋਂ ਕੱਢਣ ਲੱਗਿਆ ਹੈਗਾ ਤੇ ਫਾਈਨਲੀ ਫੋਨ ਨਿਕਲ ਚੁੱਕਿਆ ਤੇ ਅਸੀਂ ਆਹ ਫੋਨ ਲੈ ਕੇ ਆਏ ਹਾਂ। ਦੇਖੋ ਇਹ ਹੈਗਾ Note 9 Pro, ਠੀਕ ਹੈ। ਇਹਦਾ ਤੇ ਸਾਨੂੰ 14,000 ਦਾ ਮਿਲਿਆ, ਠੀਕ ਹੈ ਜੀ। ਤੇ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਬਹੁਤ ਹੀ ਵਧੀਆ ਵਧੀਆ ਫੰਕਸ਼ਨਸ ਨੇ ਜਿਹੜੇ MI ਨੇ ਇਹਦੇ ਵਿੱਚ ਐਡ ਕੀਤੇ ਨੇਗੇ। ਇੱਕ ਤਾਂ ਇਹਦੇ ਵਿੱਚ ਮੈਨੂੰ ਵਾਈਡ ਐਂਗਲ ਬਹੁਤ ਵਧੀਆ ਲੱਗਿਆ, ਠੀਕ ਹੈ। ਅਤੇ ਬਾਕੀ ਹੋਰ ਵੀ ਫੀਚਰ ਨੇ, ਪਹਿਲਾਂ ਤੁਹਾਨੂੰ ਇਹ ਮੈਂ ਬਾਹਰ ਕੱਢ ਕੇ ਦਿਖਾ ਦਾਂ, ਠੀਕ ਹੈ ਜੀ। ਇਸ ਤੋਂ ਪਹਿਲਾਂ ਮੈਂ Note 5 Pro ਯੂਜ਼ ਕਰਦਾ ਸੀ ਫੋਨ, ਅਤੇ ਪਹਿਲਾਂ ਮੇਰੀਆਂ ਵੀਡੀਓ ਉਹਦੇ ਉੱਤੇ ਆਉਂਦੀਆਂ ਸੀਗੀਆਂ ਅਤੇ ਹੁਣ ਤੁਹਾਡੇ ਸਾਹਮਣੇ ਆਹ ਫੋਨ ਤੋਂ ਵੀਡੀਓ ਆਇਆ ਕਰਨਗੀਆਂ, ਠੀਕ ਹੈ ਜੀ। ਆ ਜਾਓ ਆਪਾਂ ਅਨਬੋਕਸਿੰਗ ਕਰਦੇ ਹਾਂ, ਠੀਕ ਹੈ। ਉਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿੱਥੋਂ ਲੈ ਕੇ ਆਏ ਹਾਂ। MI ਸਟੋਰ ਤੋਂ ਜਿਹਦੇ ਵਿੱਚ ਅਸੀਂ ਉੱਥੋਂ ਲੈ ਕੇ ਆਏ ਹਾਂ, ਅਤੇ ਪਹਿਲਾਂ ਉਹ ਫੁਟੇਜ ਦੇਖ ਲਓ, ਉਸ ਤੋਂ ਬਾਅਦ ਆਪਾਂ ਇਹਦੀ ਅਨਬੋਕਸਿੰਗ ਕਰਾਂਗੇ। ਬਹੁਤ ਹੀ ਜਬਰਦਸਤ ਫੋਨ, ਤੇ ਤੁਸੀਂ ਦੇਖ ਸਕਦੇ ਹੋ ਆਹ ਫੋਨ ਨਿਕਲ ਚੁੱਕਿਆ, ਠੀਕ ਹੈ ਜੀ। ਤੇ ਆਹ ਫੋਨ ਆ, ਠੀਕ ਹੈ ਜੀ। ਦੇਖੋ ਤੁਸੀਂ ਲੁੱਕ ਦੇਖੋ ਜੀ ਕਿੰਨੀ ਸੋਹਣੀ ਹੈ, ਸ਼ਾਈਨਿੰਗ ਮਾਰਦਾ, ਠੀਕ ਹੈ ਪੂਰੀ। ਅਤੇ ਇਹਦੇ ਵਿੱਚ ਮਾਈਕਰੋ SD ਕਾਰਡ, ਦੋ ਸਿਮ ਪੈ ਜਾਣੀ, ਇੱਕ SD ਕਾਰਡ ਵੀ ਪੈ ਜੂਗਾ, ਠੀਕ ਹੈ ਜੀ। ਇਹ ਚੀਜ਼ ਵੀ ਮੈਨੂੰ ਬਹੁਤ ਵਧੀਆ ਲੱਗੀ ਸੀ। ਬਾਕੀ ਤੁਸੀਂ ਇਹਦੀ ਲੁੱਕ ਦੇਖ ਲਓ, ਹਾਂਜੀ, ਅਤੇ ਬਹੁਤ ਹੀ ਘੈਂਟ ਫੋਨ ਆ, ਠੀਕ ਹੈ ਜੀ। ਅਤੇ ਬਾਕੀ ਇਹਦੇ ਵਿੱਚ ਤੁਹਾਨੂੰ ਹੋਰ ਦੱਸ ਦੀ ਇੱਕ ਇਹਦੇ ਵਿੱਚ ਦੇਖੋ ਇਹਦੇ ਲਈ ਦਿੱਤਾ ਹੋਇਆ ਬਲੈਕ ਕਵਰ, ਦੇਖੋ ਕਿੰਨਾ ਸੋਹਣਾ, ਬਹੁਤ ਸਮੂਥ ਹੈ ਜੀ। ਬਾਈ ਚਾਂਸ ਆਪਣਾ ਫੋਨ ਡਿੱਗਦਾ, ਕੋਈ ਦਿੱਕਤ ਨਹੀਂ ਹੈਗੀ ਇਹਦੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਬਾਕੀ ਆਹ ਕਾਗਜ਼ ਵਗੈਰਾ ਜੀ ਹੁੰਦੇ ਨੇ ਇਹਦੇ ਵਿੱਚ, ਜਿਹੜੀ ਗਾਈਡ ਹੁੰਦੀ ਹੈ, ਠੀਕ ਹੈ ਜੀ। ਅਤੇ ਇੱਕ ਡਾਟਾ ਕੇਬਲ ਦਿੱਤੀ ਹੋਈ ਹੈ ਜੀ, ਅਤੇ ਇਸਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਜੀ ਚਾਰਜਰ। ਚਾਰਜਰ ਇਹਦਾ ਫਾਸਟ ਚਾਰਜਰ ਹੈ, ਬਹੁਤ ਘੈਂਟ ਚਾਰਜਰ ਹੈ, ਠੀਕ ਹੈ, ਅਤੇ ਬਹੁਤ ਹੀ ਫਾਸਟ ਚਾਰਜ ਕਰਦਾ। ਅਤੇ ਹੁਣ ਮੈਂ ਤੁਹਾਨੂੰ ਇਹਦੀਆਂ ਖਿੱਚੀਆਂ ਹੋਈਆਂ ਨਾ ਥੋੜ੍ਹੀਆਂ ਜਿਹੀਆਂ ਫੋਟੋ ਦਿਖਾਊਂਗਾ, ਵੀਡੀਓ ਦੇ ਵਿੱਚ ਪਾਊਂਗਾ, ਅਤੇ ਉਹ ਫੋਟੋਆਂ ਤੁਸੀਂ ਦੇਖ ਸਕਦੇ। ਕਿੰਨਾ ਸੋਹਣਾ ਫੋਨ ਹੈ, ਲੁੱਕ ਦੇਖੋ ਇਹਦੀ, ਤੁਸੀਂ ਆ ਦੇਖੋ ਕਿੰਨਾ ਸਲਿਮ ਆ, ਠੀਕ ਹੈ ਜੀ। ਅਤੇ ਬਾਕੀ ਇਹਦੀ ਦੇਖੋ ਕੈਮਰੇ, ਦੇਖੋ ਕੈਮਰੇ ਕਿੰਨੇ ਘੈਂਟ ਲੱਗ ਰਹੇ ਨੇ, ਠੀਕ ਹੈ। ਬਹੁਤ ਹੀ ਸੋਹਣਾ ਫੋਨ ਹੈ, ਦੇਖੋ ਕਿੰਨੀ ਸ਼ਾਈਨਿੰਗ ਮਾਰਦਾ, ਮੈਨੂੰ ਬਹੁਤ ਚੇਚਿਆ। ਇਹਦੇ ਵਿੱਚ 4 ਕੈਮਰੇ ਲੱਗੇ ਹੋਏ ਨੇ, ਇੱਕ ਤਾਂ ਵਾਈਡ ਐਂਗਲ ਮੈਨੂੰ ਚਾਹੀਦਾ ਸੀਗਾ, ਵਾਈਡ ਐਂਗਲ ਇਹਦੇ ਵਿੱਚ ਮੈਨੂੰ ਮਿਲ ਗਿਆ, ਅਤੇ ਇੱਕ ਆਟੋ ਫੋਕਸ ਕਰਦਾ ਸੀ, ਠੀਕ ਹੈ, ਉਹ ਵੀ ਮੈਨੂੰ ਚੇਂਜ ਮਿਲ ਗਈ। ਅਤੇ ਮੈਂ 2 ਦਿਨ ਤੋਂ ਇਹ ਫੋਨ ਵਰਤ ਰਿਹਾ, ਬੋਲਾ ਮੈਨਲੀ ਮੈਂ ਇਹ ਫੋਨ ਵਰਤ ਰਿਹਾ, ਮੈਨੂੰ ਬਹੁਤ ਘੈਂਟ ਲੱਗਿਆ, ਠੀਕ ਹੈ ਜੀ। ਇਹ ਜਿਹੜਾ ਫੋਨ ਹੈ ਇਹ 4 GB 64 GB ਹੈ, ਠੀਕ ਹੈ ਜੀ। ਇਹ ਸਾਨੂੰ 14,500 ਲਿਖਿਆ ਹੋਇਆ ਸੀ, 14,000 ਦਾ ਮਿਲਿਆ। ਅਤੇ ਇਹ MI ਸਟੋਰ ਤੋਂ ਲੈ ਕੇ ਆਏ ਹਾਂ, ਦੇਖੋ MI ਸਟੋਰ, ਐਕਸ ਸਟੋਰ, ਇਹ ਹੈਗਾ ਜੀ ਓਲਡ ਸਬਜ਼ੀ ਮੰਡੀ ਕ੍ਰਾਂਤੀ ਚੌਂਕ ਸ਼ਿਵਾ ਮੋਬਾਈਲ,
ਠੀਕ ਹੈ ਉੱਥੋਂ ਅਸੀਂ ਇਹ ਫੋਨ ਲੈ ਕੇ ਆਏ ਅਤੇ ਉੱਥੇ ਬਹੁਤ ਹੀ ਸਾਨੂੰ ਵਧੀਆ ਲੱਗਿਆ ਜਾ ਕੇ ਉੱਥੇ ਹੋਰ ਵੀ ਬਹੁਤ ਮਾਡਲ ਪਏ ਨੇ ਪਰ ਮੈਂ ਲੈਣਾ ਇਹੀ ਸੀ ਕਿਉਂਕਿ ਮੈਂ ਯੂਟਿਊਬ ਦੇ ਉੱਤੇ ਸਾਰਾ ਕੁਛ ਸਰਚ ਵਗੈਰਾ ਕਰਕੇ ਦੇਖ ਲਿਆ ਅਤੇ ਸੋ ਫਾਈਨਲੀ ਜਿਹੜਾ ਮੈਂ ਤੁਹਾਨੂੰ ਫੀਚਰ ਦੱਸਣ ਲੱਗਿਆ ਗੇ ਇੱਕ ਤਾਂ ਇਹਦੇ ਵਿੱਚ ਚਾਰ ਕੈਮਰੇ ਨੇ ਠੀਕ ਹੈ ਜੀ ਇੱਕ ਤਾਂ ਮੈਨੂੰ ਆਟੋ ਫੋਕਸ ਵਾਲਾ ਕੈਮਰਾ ਚਾਹੀਦਾ ਸੀ ਉਹ ਮਿਲ ਗਿਆ ਜਿਹੜੀ ਕਿ ਮੇਰੀ ਰਿਕੁਆਇਰਮੈਂਟ ਸੀ ਠੀਕ ਹੈ ਜੀ ਇੱਕ ਇਹਦੇ ਵਿੱਚ ਵਾਈਡ ਐਂਗਲ ਮੋਡ ਹੈਗਾ ਜਿਵੇਂ ਆਪਾਂ ਵਾਈਡ ਐਂਗਲ ਹੈ ਦੂਰੋਂ ਵੀਡੀਓ ਬਣਾਉਣੀ ਹੋਵੇ ਦੇਖੋ ਸਾਰਾ ਰੂਮ ਦਿਖਾ ਰਿਹਾ ਹੈਗਾ ਠੀਕ ਹੈ ਨਾ ਇੱਕ ਇਹ ਚੀਜ਼ ਮੈਨੂੰ ਵਧੀਆ ਲੱਗੀ ਅਤੇ ਇੱਕ ਇਹਦੇ ਵਿੱਚ ਜਿਹੜਾ ਇਹਦਾ ਕੈਮਰਾ 48 ਮੈਗਾਪਿਕਸਲ ਹੈਗੇ ਪਿਕਚਰ ਕੁਆਲਿਟੀ ਬਹੁਤ ਹੀ ਗੁੱਡ ਹੈਗੀ ਅਤੇ ਜਿਹੜੀ ਮੈਨੂੰ ਵਧੀਆ ਲੱਗੀ ਇਹਨਾਂ ਤਿੰਨ ਚਾਰ ਚੀਜ਼ਾਂ ਕਰਕੇ ਮੈਂ ਇਹ ਫੋਨ ਹਾਂਜੀ ਅਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਭੁੱਲ ਗਏ ਸੀ ਇਹ ਜਿਹੜਾ ਫੋਨ ਹੈ ਮੈਂ ਸ਼ਿਵਾ ਮੋਬਾਈਲ ਜੰਕਸ਼ਨ ਧੂਰੀ ਤੋਂ ਲਿਆ ਠੀਕ ਹੈ ਨਾ ਅਤੇ ਆਹ ਤੁਹਾਨੂੰ ਉਹਦਾ ਬਿੱਲ ਦਿਖਾ ਰਿਹਾ ਨੇ ਠੀਕ ਹੈ ਜੀ ਅਤੇ ਇੱਕ ਇਹਦੇ ਵਿੱਚ ਚੀਜ਼ ਮੈਂ ਹੋਰ ਐਡ ਕਰੀ ਹੈਗੀ ਮੈਨੇ ਇਹਦੇ ਵਿੱਚ ਨਾ ਐਮ ਆਈ ਡਿਸਪਲੇ ਦੀ ਵਾਰੰਟੀ ਲਈ ਹੈ ਉਹਦੀ ਸਰਵਿਸ ਚਾਰਜ ਆਪਾਂ ਨੂੰ ਕਰਨੇ ਪਿਆ ਕਰਨਗੇ ਠੀਕ ਹੈ ਇਹਦਾ ਇਹ ਫਾਇਦਾ ਕਿ ਬਾਈ ਚਾਂਸ ਰੱਬ ਨਾ ਕਰੇ ਜੇ ਸਾਲ ਦੇ ਵਿੱਚ ਆਪਣੀ ਸਕਰੀਨ ਦੇ ਉੱਤੇ ਵੀ ਪ੍ਰੋਬਲਮ ਆਉਂਦੀ ਹੈ ਕਰੈਕ ਹੋ ਜਾਂਦੀ ਟੁੱਟ ਜਾਂਦੀ ਹੈ ਜੇ ਆਪਾਂ ਨੇ ਮੰਨ ਲਓ ਉਹਨੂੰ ਚੇਂਜ ਕਰਾਉਣਾ ਹੈਗਾ ਤਾਂ ਉਹ ਜਿਹੜੀ ਸਕਰੀਨ ਹੈ ਬਹੁਤ ਹੀ ਕੋਸਟਲੀ ਹੈ ਉਹ ਮੇਰੇ ਖਿਆਲ 4505,000 ਦੀ ਹੈ ਸਕਰੀਨ ਅਤੇ ਮੈਂ ਉਹਦਾ ਬੀਮਾ ਕਰਾਇਆ ਹੈਗਾ ਠੀਕ ਹੈ ਮੇਰਾ ਲੱਗਿਆ 759 ਰੁਪਏ ਲੱਗੇ ਨੇ ਠੀਕ ਹੈ ਜੀ ਅਤੇ ਉਹ ਬੀਮੇ ਦਾ ਫਾਇਦਾ ਇਹ ਹੈ ਵੀ ਬਾਈ ਚਾਂਸ ਜੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਤਾਂ ਆਪਾਂ ਉਹਨੂੰ ਸਿਰਫ ਆਪਾਂ ਨੇ ਲੇਬਰ ਚਾਰਜਿਸ ਦੇਣੇ ਨੇ 300 ਰੁਪਇਆ ਉਸ ਤੋਂ ਬਾਅਦ ਆਪਣੀ ਡਿਸਪਲੇ ਜਿਹੜੀ ਉਹ ਚੇਂਜ ਹੋ ਕੇ ਆਪਣੇ ਫੋਨ ਦੇ ਵਿੱਚ ਪਾ ਕੇ ਜਿਹੜੇ ਐਮ ਆਈ ਸਟੋਰ ਤੋਂ ਮਿਲ ਜੂਗੀ ਠੀਕ ਹੈ ਵੀ ਇਹ ਵੀ ਮੈਨੂੰ ਚੀਜ਼ ਵਧੀਆ ਲੱਗੀ ਇਹ ਵੀ ਮੈਨੇ ਕਰਾ ਸੋ ਫਾਈਨਲੀ ਇਹ ਫੋਨ ਮੈਂ ਚਲਾ ਰਿਹਾ ਇਹਦੇ ਵਿੱਚ ਜਿਹੜੇ ਫੀਚਰ ਨੇ ਮੇਨ ਤਾਂ ਦੇਖੋ ਕੈਮਰਾ ਦਾ ਠੀਕ ਹੈ ਆਟੋ ਫੋਕਸ ਹੈ ਇੱਕ ਵਾਈਡ ਐਂਗਲ ਕੈਮਰਾ ਇਹ ਮੈਨੂੰ ਦੋ ਚੀਜ਼ਾਂ ਚਾਹੀਦੀਆਂ ਸੀਗੀਆਂ ਉਹ ਮੈਨੂੰ ਮਿਲ ਚੁੱਕੀਆਂ ਨੇ ਠੀਕ ਹੈ ਅਤੇ ਬਾਕੀ ਇਹ ਮੈਨੂੰ ਫੋਨ ਬਹੁਤ ਵਧੀਆ ਲੱਗਿਆ ਕਿਉਂਕਿ ਬਜਟ ਫੋਨ ਹੈ ਇੰਨੀ ਰੇਂਜ ਦੇ ਵਿੱਚ ਹੋਰ ਬਹੁਤ ਫੋਨ ਆਉਂਦੇ ਨੇ ਬਟ ਜਿਹੜਾ ਇਹ ਚੀਜ਼ ਹੈ ਪੂਰੀ ਸੋਲਿਡ ਚੀਜ਼ ਹੈ ਕਿਉਂਕਿ ਐਮ ਆਈ ਦੇ ਫੋਨ ਮੈਨੂੰ 4-5 ਸਾਲ ਹੋ ਗਏ ਵਰਤਦੇ ਨੂੰ ਮੈਨੂੰ ਬਹੁਤ ਹੀ ਘੈਂਟ ਕੁਆਲਿਟੀ ਲੱਗੀ ਇਹਦੀ ਠੀਕ ਹੈ ਨਾਲੇ ਇਹਨਾਂ ਦਾ ਪ੍ਰਾਈਜ਼ ਵੀ ਸਹੀ ਹੈਗਾ ਠੀਕ ਹੈ ਨਾ ਮੇਰੇ ਮੁਤਾਬਕ ਮੈਨੂੰ ਫੋਨ ਬਹੁਤ ਹੀ ਵਧੀਆ ਲੱਗਿਆ ਸੋ ਮੈਂ ਹੁਣ ਇਹਨੂੰ ਲੈ ਲਿਆ ਅਤੇ ਅਗਲੀ ਵੀਡੀਓ ਇਹੀ ਫੋਨ ਤੋਂ ਆਊਗੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ